ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਇਸ ਵੇਲੇ ਬਹੁਤ ਮਾੜੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚਲਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਚੰਡੀਗੜ੍ਹ ਭਾਜਪਾ ਦੇ ਆਗੂ ਗੁਦਵਿੰਦਰ ਸਿੰਘ ਬਬਲਾ ਦੇ ਮੁੱਲਾਪੂਰ ਸਥਿਤ ਫਾਰਮ ਹਾਊਸ ਨੂੰ ਸੋਮਵਾਰ ਸ਼ਾਮ ਨੂੰ ਸੀਲ ਕਰ ਦਿੱਤਾ ਗਿਆ ਹੈ ਗਮਾਂਡਾ ਦਾ ਰਹਿਣ ਵਾਲਾ ਫਾਰਮ ਹਾਊਸ ਦੀ ਵਪਾਰਕ ਵਰਤੋਂ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ ਹੈ ਫਾਰਮ ਹਾਊਸ ਨੂੰ ਸੇਲ ਕੀਤੇ ਜਾਣ ਤੋਂ ਬਾਅਦ ਬਬਲਾ ਨੇ ਸਰਕਾਰ ਤੇ ਸਿਆਸੀ ਰੰਜਿਸ਼ ਦੇ ਕਾਰਨ ਕਾਰਵਾਈ ਦਾ ਇਲਜ਼ਾਮ ਲਾਇਆ ਹੈ। ਮਿਲੇ ਜਾਣਕਾਰੀ ਅਨੁਸਾਰ ਫਾਰਮ ਹਾਊਸ ਨੂੰ ਸੀਲ ਕਰਨ ਦਾ ਹੁਕਮ ਉਨੀ ਫਰਵਿਨੂ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਮਾਂਡਾ ਦੀ ਟੀਮ ਨੇ ਸੋਮਵਾਰ ਨੂੰ ਵੀ ਕਾਰਵਾਈ ਕਰਦੇ ਫਾਰਮ ਹਾਊਸ ਸੀਲ ਕਰ ਦਿੱਤਾ ਹੈ ਕਮਾਂਡਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਹੀਯੋਗ ਜ਼ਮੀਨ ਉੱਤੇ ਬਿਨਾਂ ਮਜ਼ਦੂਰੀ ਬਿਲਡਿੰਗ ਦੀ ਸਾਰੀ ਕੀਤੀ ਗਈ ਸੀ ਉਸ ਦੀ ਵਰਤੋਂ ਵਾਰਕ ਗਤੀਵਿਧੀਆਂ ਲਈ ਹੋਈ ਸੀ ਕਮਾਂਡਾ ਅਧਿਕਾਰੀਆਂ ਫਾਰਮ ਹਾਊਸ ਵਿੱਚ ਵਿਆਹਾਂ ਦੀਆਂ ਪਾਰਟੀਆਂ ਵੀ ਹੋ ਰਹੀਆਂ ਨੇ ਇਸ ਸਬੰਧੀ ਜਨਵਰੀ 2024 ਦੇ ਵਿੱਚ ਨੋਟਿਸ ਜਾਰੀ ਕਰਦੇ ਆਂ ਪਾਕ ਪੇਸ਼ ਕਰਨ ਲਈ ਗਿਆ ਸੀ ਪਰ ਬਬਲਾ ਨੇ ਇਸ ਤੋਂ ਇਨਕਾਰ ਕਰ ਦਿੱਤਾ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡੇ ਬਹੁਤ